ਸਸਤੀ ਕਾਜੀ ਸਵਾਗਤ ਹੈ ਤੁਹਾਡੇ ਸਾਰੇ ਦਾ ਤੁਹਾਡੇ ਆਪਣੇ YouTube ਚੈਨਲ Meet Academy ਦੇ ਉਤੇ। ਅੱਜ ਮੈਂ ਦੀ ਹੁੰਦੀ ਹੁਤੇ ਸਵੇਰੇ-ਸਵੇਰੇ ਤੁਹਾਡੇ ਵਾਸਤੇ ਬਹੁਤ ਵੱਡੀ ਗੁੱਡ ਨਿਊਜ਼ ਮੈਂ ਲੈ ਕੇ ਆ ਚੁੱਕੀ ਹਾਂ। ਕੱਲ੍ਹ ਅੱਜ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਹੜਾ ਇੱਕ ਬਜਟ ਦਾ ਅਨਾਉਂਸਮੈਂਟ ਕੀਤੀ ਗਈ ਹੈ ਲੇਕਿਨ ਉਹਦੇ ਵਿੱਚੋਂ ਕਾਫੀ ਸਾਰੇ ਕਮੈਂਟਸ ਆ ਰਹੇ ਸੀਗੇ ਕਿ ਸਾਡੇ ਵਾਸਤੇ ਉਹਦੇ ਵਿੱਚ ਕੋਈ ਫਾਇਦਾ ਸਾਨੂੰ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਜਿਹੜਾ ਅਪਡੇਟ ਆ ਚੁੱਕਾ ਹੈ ਸੈਕਿੰਡ ਨੋਟੀਫਿਕੇਸ਼ਨ ਜਿਹੜਾ ਆਇਆ ਹੈ ਉਹਦੇ ਵਿੱਚ ਸਾਰਿਆਂ ਨੂੰ ਬੈਨੀਫਿਟ ਮਿਲੇਗਾ ਜਿੱਥੇ ਤੱਕ ਕਿ ਛੋਟੇ ਕਾਰੋਬਾਰੀਆਂ ਨੂੰ ਵੀ ਔਰ ਹਰ ਏਜ ਦੇ ਪਰਸਨ ਨੂੰ ਮਿਲੇ ਉੱਥੇ ਅਨਾਉਂਸਮੈਂਟ ਕੀਤੀ ਗਈ ਆ ਠੀਕ ਹੈ ਸਭ ਸਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ ਕਿ ਕਿਹੜੀ ਕਿਹੜੀ ਨਵੀਆਂ ਅਨਾਉਂਸਮੈਂਟ ਕੀਤੀ ਗਈਆਂ 7-8 ਨਵੀਆਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਜਲਦੀ ਜਲਦੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਵੋ ਤਾਂ ਕਿ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋ ਪਾਵੇ ਔਰ ਵੀਡੀਓ ਨੂੰ ਲਾਈਕ ਕਰ ਦਿਵੋ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਰਿਕਰੂਟਮੈਂਟ ਦੀ ਜਾਣਕਾਰੀ ਨਿਊਜ਼ ਦੀ ਜਾਣਕਾਰੀ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਔਰ 10ਵੀਂ 12ਵੀਂ ਦੇ ਪੇਪਰਾਂ ਨਾਲ ਸੰਬੰਧਿਤ ਕੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਤਾਂ ਮੈਂ ਪਹਿਲਾਂ ਤੋਂ ਪੂਰੀ ਨਿਊਜ਼ ਤੇ ਲੈ ਕੇ ਚੱਲਦੀ ਹਾਂ ਤਾਂ ਇੱਥੇ ਸਾਰਿਆਂ ਨੂੰ ਬੈਨੀਫਿਟ ਮਿਲੇਗਾ ਔਰ ਇਸ ਤੋਂ ਇਲਾਵਾ ਕਿਸਾਨਾਂ ਨੂੰ ਤੇ ਛੋਟੇ ਕਾਰੋਬਾਰੀਆਂ ਲਈ ਵੱਡੇ ਐਲਾਨ ਕੀਤੇ ਗਏ ਆ ਤੁਸੀਂ ਦੇਖ ਸਕਦੇ ਆ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 20 ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਦੂਸਰੀ ਪ੍ਰੈਸ ਕਾਨਫਰੰਸ ਜਾਰੀ ਕਰ ਦਿੱਤੀ ਗਈ ਹੈ ਜਿਦੇ ਵਿੱਚ ਅਹਿਮ ਡਿਸੀਜਨ ਲਿੱਤੇ ਜਿਦੇ ਵਿੱਚ ਦੇਖੋ ਇਹਨਾਂ ਨੇ ਦੱਸਿਆ ਹੋਇਆ ਹੈ ਇਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਇਹ ਐਲਾਨ ਕੀਤਾ ਹੈ ਤੁਸੀਂ ਕਈਆਂ ਨੇ ਕੱਲ ਨਿਊਜ਼ ਦੇ ਵਿੱਚ ਵੀ ਦੇਖ ਲਿਆ ਹੋਵੇਗਾ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਟ੍ਰੇਟ ਵਿਕਰੇਤਾਵਾਂ ਦੇ ਲਈ ਛੋਟੇ ਕਾਰੋਬਾਰੀਆਂ ਕਿਸਾਨਾਂ ਦੇ ਲਈ ਇਹ ਸਾਰਿਆਂ ਦੇ ਲਈ ਜਿਹੜਾ ਬੈਨੀਫਿਟ ਰਹੇਗਾ ਔਰ ਉਹਨਾਂ ਨੇ ਦੱਸਿਆ 31 ਮਈ ਤੱਕ ਜਿਹੜੇ ਕਿਸਾਨਾਂ ਨੂੰ ਵਿਆਜ ਤੇ ਵੀ ਜਿਹੜੀ ਛੂਟ ਦਿੱਤੀ ਗਈ ਹੈ ਔਰ 20 ਲੱਖ 90 ਜਿਹੜੇ ਆ ਉਹ ਕਿਸਾਨ ਕ੍ਰੈਡਿਟ ਕਾਰਡ ਵੀ ਦਿੱਤੇ ਗਏ ਪੂਰੀ ਨਿਊਜ਼ ਤੁਸੀਂ ਦੇਖ ਸਕਦੇ ਆ ਅੱਜ ਪਰਵਾਸੀ ਮਜ਼ਦੂਰਾ ਛੋਟੇ ਕਿਸਾਨਾ ਵੈਟਰਾ ਆਦਿ ਦੇ ਲਈ ਕੁੱਲ ਨੋ ਇਲਾਣ ਜਿਹੜਾ ਉਹ ਕੀਤੇ ਜਾ ਰਹੇ ਨੇ ਠੀਕ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ 3 ਕਰੋੜ ਕਿਸਾਨਾਂ ਨੂੰ ਦਿੱਤੇ ਗਏ 422000 ਕਰੋੜ ਦੇ ਖੇਤੀਬਾੜੀ ਕਰਜ਼ਿਆਂ ਵਿੱਚੋਂ ਪਿਛਲੇ 3 ਮਹੀਨਿਆਂ ਦੀ ਕਿਸ਼ਤ ਲਈ ਰਾਹਤ ਦਿੱਤੀ ਹੈ ਠੀਕ ਹੈ ਵਿਆਜ ਦੇ ਵਿੱਚ ਵੀ ਜਿਹੜੀ ਉਹਨਾਂ ਨੂੰ ਹੈਲਪ ਮਿਲੇਗੀ ਤਾਂ ਇਹ ਬਹੁਤ ਵੱਡੀ ਨਿਊਜ਼ ਹੈ 25 ਲੱਖ 90 ਕਿਸਾਨ ਕਾਰਡ ਨੂੰ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਗਈ ਹੈ ਜਦੀ ਸੀਮਾ 25000 ਕਰੋੜ ਹੋਵੇਗੀ ਇਸ ਤੋਂ ਇਲਾਵਾ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਖੇਤੀ ਕਰਜ਼ੇ ਦੇ ਵਿਆਜ ਅਤੇ ਮਦਦ ਤੇ ਤੁਰੰਤ ਅਦਾਇਗੀ ਲਈ ਤਾਂ अवधि 1 ਮਾਰਚ 2020 ਤੋਂ ਲੈ ਕੇ 31 ਮਈ ਮਈ ਤੱਕ ਜਿਹੜੇ ਆ ਉਹਨਾਂ ਨੇ ਵਿਦਾਤ ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 1 ਅਪ੍ਰੈਲ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਦੇ ਦਰਮਿਆਨ 86600 ਕਰੋੜ ਰੁਪਏ ਦੇ 63 ਲੱਖ ਕਰਜ਼ੇ ਜਾਰੀ ਕੀਤੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਵੀ ਦੱਸਿਆ ਨਬਾਰਡ ਦੇ ਵਿੱਚ ਸਹਿਕਾਰੀ ਬੈਂਕਾਂ ਤੇ ਤੇਹਾਤੀ ਬੈਂਕਾਂ ਦੀ ਮਦਦ ਦੇ ਲਈ 29500 ਕਰੋੜ ਰੁਪਏ ਦਿੱਤੇ ਗਏ ਹਨ ਠੀਕ ਹੈ ਤੇ ਇਸ ਦੀ ਵਧੇਰੇ ਜਾਣਕਾਰੀ ਜਿਹੜੀ ਤੁਸੀਂ ਇਹਨਾਂ ਦੇ ਲਿੰਕ ਤੇ ਮੈਂ ਤੁਹਾਨੂੰ ਇਹ ਲਿੰਕ ਡਿਸਕ੍ਰਿਪਸ਼ਨ ਦੇ ਰਹੀ ਆ ਉੱਥੇ ਜਾ ਕੇ ਵੀ ਤੁਸੀਂ ਲੈ ਸਕਦੇ ਆ ਠੀਕ ਆ ਬਹੁਤ ਵੱਡੀ ਗੁੱਡ ਨਿਊਜ਼ ਆ ਚੁੱਕੀ ਆ ਪੰਜਾਬ ਦੇ ਲਈ ਵੀ ਆ ਔਰ ਸੈਂਟਰ ਵੱਲੋਂ ਇਹ ਅਨਾਉਂਸਮੈਂਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਦੇ ਨਾਲ